ਉਹਨਾਂ ਨੇ ਇੱਕ ਪੋਸਟਰ ਟ੍ਰੇਲਰ ਇੱਕ ਚਲਾਇਆ ਵਾ, ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਇੱਕ ਕਿਰਦਾਰ ਨਿਭਾ ਰਿਹਾ ਇੱਕ ਮਨੁੱਖ। ਪੰਜਾਬ ਕੀ ਦੇਸ਼ ਭਰ ਵਿੱਚ ਇਹ ਫਿਲਮ ਨਾ ਲੱਗੇ ਤਾਂ ਵਧੀਆ, ਜਦ ਜੇ ਪੰਜਾਬ ਵਿੱਚ ਲੱਗ ਗਈ ਤਾਂ ਮਾਹੌਲ ਬੜਾ ਖਰਾਬ ਹੋਏਗਾ। ਕਿਤੇ ਨਾ ਕਿਤੇ ਅੱਤਵਾਦੀ ਵੱਖਵਾਦੀ ਕਰਕੇ ਦਿਖਾਇਆ ਗਿਆ ਵਾ, ਕਿਉਂਕਿ ਉਹਦੇ ਵਿੱਚ ਇੱਕ ਡਾਇਲੋਗ ਬੋਲਿਆ ਜਾਂਦਾ ਵਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਅਤੇ ਸਾਨੂੰ ਖਾਲਿਸਤਾਨ। ਲੋਕ ਹਿੰਦੂ ਤੱਕ ਭੜਕੇਗਾ, ਸਿੱਖ ਔਰ ਹਿੰਦੂ ਵਿੱਚ ਲੜਾਈ ਹਮੇਸ਼ਾ ਹੋਏਗੀ, ਕਿਉਂਕਿ ਅਸੀਂ 1984 ਵਿੱਚ ਇਹ ਸਭ ਕੁਝ ਦੇਖ ਆਏ ਹਾਂ। ਸਰਕਾਰ ਭਾਈਚਾਰਾ ਵੀ ਕਿਤੇ ਨਾ ਕਿਤੇ ਚੁੱਪ ਕਰੀ ਬੈਠਾ ਵਾ, ਇਸ ਕਰਕੇ ਸਾਨੂੰ ਇਹ ਲੱਗਦਾ ਵੀ ਇਸ ਫਿਲਮ ਦੇ ਉੱਤੇ ਬੈਨ ਲੱਗਣਾ ਚਾਹੀਦਾ ਸੀ, ਅਸੀਂ ਕਦੇ ਵੀ ਨਹੀਂ ਲੱਗਣ ਦੇਵਾਂਗੇ। ਜੇ ਕਿਸਾਨ ਦੀ ਧੀ ਹੈ ਤਾਂ ਜਦੋਂ ਕਿਸਾਨ ਐਜੀਟੇਸ਼ਨ ਚੱਲਦੀ ਪਈ ਸੀ ਉਦੋਂ ਇਹਨਾਂ ਦੇ ਖਿਲਾਫ ਬੋਲੀ ਹੈ, ਧੀਆਂ ਭੈਣਾਂ ਨੂੰ 300-300 ਰੁਪਈਆ ਦਿਹਾੜੀ ਦੇ ਉੱਪਰ ਬੋਲੀ ਹੈ। ਮੈਂ ਕਹਿੰਦਾ ਪੰਜਾਬ ਦਾ ਮੁੱਦਾ ਛੱਡ ਦਿਓ, ਹਿਮਾਚਲ ਦਾ ਕੋਈ ਮੁੱਦਾ ਚੱਕਿਆ ਹੋਵੇ, ਹਰਿਆਣੇ ਦਾ ਮੁੱਦਾ ਚੱਕਿਆ ਹੋਵੇ, ਮੁੱਦਾ ਇੱਕ ਨਹੀਂ ਚੱਕਣਾ, ਜਦੋਂ ਬਿਆਨ ਦੇਣਾ ਅੱਗ ਲਾਉਣ ਵਾਲਾ ਬਿਆਨ ਦੇਣਾ ਆ। ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਆ ਵੀ ਇਹਦੇ ਵਿੱਚ ਕਿਰਦਾਰ ਆ ਜਿਹੜਾ ਸੰਤਾਂ ਦਾ ਕਿਸੇ ਮਨੁੱਖ ਵੱਲੋਂ ਨਿਭਾਇਆ ਗਿਆ ਵਾ, ਅਤੇ ਇਹ ਜਿਹੜੀ ਫਿਲਮ ਆ ਇਹ ਕਿਤੇ ਨਾ ਕਿਤੇ ਸਿੱਖਾਂ ਦੇ ਆਪਸੀ ਆਪਸ ਦੇ ਵਿੱਚ ਸਾਡੀ ਹਿੰਦੂ ਸਿੱਖ ਭਾਈਚਾਰਕ ਦੇ ਵਿੱਚ ਸਾਡੀ ਪ੍ਰੋਬਲਮ ਖੜੀ ਕਰੂਗੀ। ਪੂਰੇ ਪੰਜਾਬ ਦੇ ਵਿੱਚ ਮਾਮਲਾ ਜਿਹੜਾ ਭਖਿਆ ਹੈ ਐਮਰਜੈਂਸੀ ਫਿਲਮ ਨੂੰ ਲੈ ਕੇ, ਕੰਗਾ ਰਣੌਤ ਲਗਾਤਾਰ ਜਿਹੜਾ ਕੀ ਹੈ ਸਿੰਘਾਂ ਜਥੇਬੰਦੀਆਂ ਨੂੰ ਜਿਹੜੇ ਕਿ ਟਾਰਗੇਟ ਕਰਦੀ ਹੋਈ ਨਜ਼ਰ ਆ ਰਹੀ ਹੈ। ਅਤੇ ਹੁਣ ਗੱਲਬਾਤ ਕਰ ਲੈਂਦੇ ਹਾਂ, ਡਿਪਟੀ ਕਮਿਸ਼ਨਰ ਅੱਜ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਸਰ ਕੀ ਐਸਾ ਕਾਰਨ ਹੈ ਇੱਥੇ ਮੰਗ ਪੱਤਰ ਦੇ ਨਾਲ? ਦੇਖੋ ਇਹ ਜਿਹੜੀ 6 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਆ, ਲੱਗ ਰਹੀ ਆ ਸਿਨੇਮਿਆਂ ਦੇ ਵਿੱਚ, ਅਸੀਂ ਉਹਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਨ ਵਾਸਤੇ ਇੱਥੇ ਪਹੁੰਚੇ ਆ, ਕਿਉਂਕਿ ਜਿਹੜਾ ਉਹਨਾਂ ਨੇ ਇੱਕ ਪੋਸਟਰ ਟ੍ਰੇਲਰ ਇੱਕ ਚਲਾਇਆ ਵਾ, ਉਹਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਇੱਕ ਕਿਰਦਾਰ ਨਿਭਾ ਰਿਹਾ ਇੱਕ ਮਨੁੱਖ, ਜਿਹੜਾ ਕਿ ਸਾਨੂੰ ਬਰਦਾਸ਼ਤ ਨਹੀਂ ਹੈ, ਕਿਉਂਕਿ ਉਹਨਾਂ ਨੂੰ ਅਸੀਂ ਰੋਲ ਮਾਡਲ ਮੰਨਦੇ ਹਾਂ, ਉਹਨਾਂ ਨੂੰ ਅਸੀਂ ਆਪਣਾ ਆਗੂ ਧਾਰਮਿਕ ਆਗੂ ਮੰਨਦੇ ਹਾਂ, ਉਹਨਾਂ ਦੀ ਜਿਹੜੀ ਤਸਵੀਰ ਆ ਉਹ ਅਜਾਇਬ ਘਰ ਦੇ ਵਿੱਚ ਲੱਗੀ ਹੋਈ ਆ। ਅੱਜ ਤੱਕ ਦਾ ਸਿੱਖਾਂ ਦਾ ਇਤਿਹਾਸ ਰਿਹਾ ਜਿਹਨੂੰ ਅਸੀਂ ਰੋਲ ਮਾਡਲ ਮਿਲਦੇ ਹਾਂ, ਉਹਨਾਂ ਦਾ ਅਸੀਂ ਕਿਸੇ ਨੂੰ ਵੀ ਕਿਰਦਾਰ ਨਹੀਂ ਨਿਭਾਉਣ ਦਿੱਤਾ, ਇਸ ਕਰਕੇ ਫੇਕ ਬੰਦੇ ਵੱਲੋਂ ਉਹ ਜਿਹੜਾ ਕਿਰਦਾਰ ਨਿਭਾਇਆ ਜਾ ਰਿਹਾ ਇੱਕ। ਦੂਸਰਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਉਸ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਅੱਤਵਾਦੀ ਵੱਖਵਾਦੀ ਕਰਕੇ ਦਿਖਾਇਆ ਗਿਆ ਵਾ, ਕਿਉਂਕਿ ਉਹਦੇ ਵਿੱਚ ਇੱਕ ਡਾਇਲੋਗ ਬੋਲਿਆ ਜਾਂਦਾ ਵਾ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਅਤੇ ਸਾਨੂੰ ਖਾਲਿਸਤਾਨ, ਜਿਹਦੇ ਅਸੀਂ ਬਿਲਕੁਲ ਅੰਗੇਜ਼ਡ ਹਾਂ, ਕਿਉਂਕਿ ਪੰਜਾਬ ਬਹੁਤ ਸਮਾਂ ਉਸ ਵਗਦੀ ਅੱਗ ਦੇ ਵਿੱਚੋਂ ਬਲਦੀ ਅੱਗ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਬਾਹਰ ਨਿਕਲਿਆ, ਅਤੇ ਇਸ ਫਿਲਮ ਦੇ ਆਉਣ ਦੇ ਨਾਲ ਕਿਤੇ ਨਾ ਕਿਤੇ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਵੀ ਠੇਸ ਪਹੁੰਚੂਗੀ, ਇਸ ਕਰਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਇਹ ਮੰਗ ਪੱਤਰ ਦਿੱਤਾ ਵਾ। ਲੱਗਦਾ ਕਿ ਇਹ ਲਗਾਤਾਰ ਬੀਜੇਪੀ ਦੇ ਸਾਂਸਦ ਵੀ ਬਣ ਚੁੱਕੇ ਨੇ, ਹਾਲਾਂ ਵੀ ਲਗਾਤਾਰ ਟਾਰਗੇਟ ਸਿੱਖਾਂ ਨੂੰ ਅਤੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਵਾ, ਕਿਉਂ ਐਸਾ ਕਾਰਨ ਕੀ ਹੈ? ਇਹਦੇ ਪਿਛਲੇ ਪਾਸੇ ਇਹ ਬੀਜੇਪੀ ਦੇ ਹੱਥ ਠੋਕੇ ਬਣੇ ਹੋਏ ਨੇ, ਸਟੇਟ ਦੇ ਸੰਦ ਬਣ ਕੇ, ਕਿਉਂਕਿ ਅਸੀਂ ਲੋਕ ਪ੍ਰੋਟੈਸਟ ਕਰਨ ਵਾਲੇ ਹਾਂ, ਬਟ ਲੇਕਿਨ ਸਟੇਟ ਦੇ ਕੋਲ ਇੱਥੋਂ ਤੱਕ ਕਿ ਨੈਸ਼ਨਲਾਈਜ਼ ਮੀਡੀਆ ਵੀ ਅੱਜ ਕਿਤੇ ਨਾ ਕਿਤੇ ਬੀਜੇਪੀ ਦੀ ਬੋਲੀ ਬੋਲਦਾ। ਇਸ ਕੰਗਣਾ ਰਣੌਤ ਦੀ ਫਿਲਮ ਦੇ ਉੱਤੇ ਅੱਜ ਉਹਨਾਂ ਨੂੰ ਪੱਤਰਕਾਰ ਭਾਈਚਾਰੇ ਨੂੰ ਪੁੱਛਣਾ ਚਾਹੀਦਾ ਸੀ ਵੀ ਜਿਹੜੀ ਫਿਲਮ ਉਹਦੇ ਵਿੱਚ ਦੁਫਾੜ ਪਾਉਂਦੀ ਆ ਹਿੰਦੂ ਸਿੱਖ ਭਾਈਚਾਰਕ ਦੇ ਵਿੱਚ, ਉਸ ਦੇ ਉੱਤੇ ਪੱਤਰਕਾਰ ਭਾਈਚਾਰੇ ਨੂੰ ਪੁੱਛਣਾ ਚਾਹੀਦਾ ਸੀ। ਅੱਜ ਜਿਹਨੂੰ ਅਸੀਂ ਚਾਰ ਥੰਮ ਕਹੇ ਜਾਂਦੇ ਨੇ ਸਾਡੇ ਬੁੱਧੀਜੀਵੀ, ਉਹ ਕਿਤੇ ਨਾ ਕਿਤੇ ਚੁੱਪ ਕਰੇ ਬੈਠੇ ਨੇ, ਅਤੇ ਸਾਡਾ ਪੱਤਰਕਾਰ ਭਾਈਚਾਰਾ ਵੀ ਕਿਤੇ ਨਾ ਕਿਤੇ ਚੁੱਪ ਕਰੀ ਬੈਠਾ ਵਾ, ਇਸ ਕਰਕੇ ਸਾਨੂੰ ਇਹ ਲੱਗਦਾ ਵੀ ਇਸ ਫਿਲਮ ਦੇ ਉੱਤੇ ਬੈਨ ਲੱਗਣਾ ਚਾਹੀਦਾ ਸੀ, ਅਸੀਂ ਕਦੇ ਵੀ ਨਹੀਂ ਲੱਗਣ ਦੇਵਾਂਗੇ। ਜਿਹੜੇ ਮੰਗ ਪੱਤਰ ਵਿੱਚ ਤੁਸੀਂ ਦੇ ਕੇ ਆਇਓ, ਉਹਦੇ ਵਿੱਚ ਕੀ ਲਿਖਿਆ? ਇਹਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਰਾਈਟ, ਮੈਂ ਹੁਣੇ ਤੁਹਾਨੂੰ ਗੱਲਾਂ ਦੱਸੀਆਂ ਨੇ, ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਆ ਵੀ ਇਹਦੇ ਵਿੱਚ ਕਿਰਦਾਰ ਆ ਜਿਹੜਾ ਸੰਤਾਂ ਦਾ ਉਹ ਕਿਸੇ ਮਨੁੱਖ ਵੱਲੋਂ ਨਿਭਾਇਆ ਗਿਆ ਵਾ, ਅਤੇ ਇਹ ਜਿਹੜੀ ਫਿਲਮ ਆ ਇਹ ਕਿਤੇ ਨਾ ਕਿਤੇ ਸਿੱਖਾਂ ਦੇ ਆਪਸ ਦੇ ਵਿੱਚ ਸਾਡੀ ਹਿੰਦੂ ਸਿੱਖ ਭਾਈਚਾਰਕ ਦੇ ਵਿੱਚ ਸਾਡੀ ਪ੍ਰੋਬਲਮ ਖੜੀ ਕਰੂਗੀ। ਬਸ ਇਹੀ ਗੱਲਾਂ ਨੋਰਮਲ, ਅਸੀਂ ਬੈਨ ਕਰਨ ਵਾਸਤੇ ਇਹਨੂੰ ਸਾਨੂੰ ਨੀਵਾਂ ਦਿਖਾਇਆ ਗਿਆ ਅਤੇ ਇੰਦਰਾ ਗਾਂਧੀ ਨੂੰ ਇਹਨਾਂ ਨੇ ਉੱਚਾ ਦਿਖਾਇਆ ਗਿਆ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਕੀ ਦੇਸ਼ ਭਰ ਵਿੱਚ ਇਹ ਫਿਲਮ ਨਾ ਲੱਗੇ ਤਾਂ ਵਧੀਆ, ਜਦ ਜੇ ਪੰਜਾਬ ਵਿੱਚ ਲੱਗ ਗਈ ਤਾਂ ਮਾਹੌਲ ਬੜਾ ਖਰਾਬ ਹੋਏਗਾ। ਬੀਜੇਪੀ ਪਹਿਲੇ ਹੀ ਚਾਹੁੰਦੀ ਹੈ
ਵੀ ਪੰਜਾਬ ਵਿੱਚ ਅਸੀਂ ਰਾਸ਼ਟਰਪਤੀ ਰਾਜ ਲਾਗੂ ਕਰੀਏ। ਮੈਂ ਭਗਵੰਤ ਸਿੰਘ ਮਾਨ ਨੂੰ, ਜਿਹੜੇ ਸਾਡੇ ਸੀਐਮ ਪੰਜਾਬ ਦੇ ਮੁੱਖ ਮੰਤਰੀ, ਮੈਂ ਖਾਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਬਈ ਇਹ ਫਿਲਮ ਨਾ ਲੱਗਣ ਦਿੱਤੀ ਜਾਏ। 6 ਸਤੰਬਰ ਨੂੰ ਫਿਲਮ ਆ ਰਹੀ ਹੈ ਕੰਗਣਾ ਰੋਡ ਦੀ ਐਮਰਜੈਂਸੀ, ਜਦਕਿ 1975 'ਚ ਐਮਰਜੈਂਸੀ ਲਾਗੂ ਹੋਈ ਸੀਗੀ, ਵਿੱਚ ਰੋਲ ਦਿਖਾਏ ਗਏ ਸੰਤਾਂ ਦੇ 1984 ਦੇ। ਅਸੀਂ 1984 ਸਿੱਖ ਕਤਲੇਆਮ ਹਾਂ। ਮੈਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੰਗਾ ਪੀੜਤ ਵੈਲਫੇਅਰ ਕੌਂਸਲ ਰਜਿਸਟਰਡ ਪੰਜਾਬ ਤੋਂ, ਉਹ ਸਾਡੇ ਹੋਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹੋਰ ਸਾਡੇ ਮੱਖੂ ਜੀ ਵੀ ਆਏ ਹੋਏ ਨੇ, ਜਗਦੇਵ ਸਿੰਘ ਪਾਂਗਲੀ ਯੂਥ ਪ੍ਰਧਾਨ ਲੁਧਿਆਣਾ ਦੇ, ਅਸੀਂ ਸਾਰੇ ਮਿਲ ਕੇ ਇਹ ਪ੍ਰੋਟੈਸਟ ਕਰ ਰਹੇ ਹਾਂ। ਅਸੀਂ ਸਿਨੇਮਾ ਘਰਾਂ ਦੇ ਬਾਹਰ ਵੀ ਖੜ੍ਹੇ ਹੋਵਾਂਗੇ ਜਦੋਂ 6 ਸਤੰਬਰ ਨੂੰ ਇਹ ਫਿਲਮ ਚੱਲਣੀ ਹੈ। ਅਬਲ ਤਾਂ ਆਪਾਂ ਚੱਲਣ ਨਹੀਂ ਦੇਣੀ, ਜੇ ਚੱਲਦੀ ਹੈ ਤਾਂ ਆਪਾਂ ਟਿਕਟਾਂ ਰੋਕਾਂਗੇ। ਭਾਈ ਮਾਹੌਲ ਨਾ ਖਰਾਬ ਕਰੋ, ਇਹ ਦੇਖਣ ਨਾਲ ਲੋਕ ਹਿੰਦੂ ਤਦ ਭੜਕੇਗਾ, ਸਿੱਖ ਔਰ ਹਿੰਦੂ ਵਿੱਚ ਲੜਾਈ ਹਮੇਸ਼ਾ ਹੋਏਗੀ, ਕਿਉਂਕਿ ਅਸੀਂ 1984 ਵਿੱਚ ਇਹ ਸਭ ਕੁਝ ਦੇਖ ਆਏ ਹਾਂ ਬਈ ਕੀ ਹੋਇਆ ਸਾਡੇ 84 ਵਿੱਚ। ਮੰਗ ਪੱਤਰ ਤੁਸੀਂ ਅੰਦਰ ਦੇ ਕੇ ਆਏ, ਡੀਸੀ ਸਾਹਿਬ ਨੇ ਕੀ ਸ਼ੋਸ਼ਨ ਦਿੱਤਾ, ਕੀ ਸਟੈਪ ਰਹੇ? ਬੜਾ ਪੀਸਫੁੱਲੀ ਇਹਨਾਂ ਨੇ ਇਹ ਕਾਰਜ ਕੀਤਾ ਆ ਵੀ ਜੇ ਇੱਕ ਫਿਲਮ ਆਉਣ ਦੇ ਨਾਲ ਪੰਜਾਬ ਦੇ ਵਿੱਚ ਅੱਗ ਲੱਗਦੀ ਹੈ ਜਾਂ ਪੰਜਾਬ ਦੇ ਵਿੱਚ ਇੱਕ ਨਫ਼ਰਤੀ ਬਿਆਨ ਆਉਂਦੇ ਨੇ, ਇਹ ਇਕੱਲੀ ਫਿਲਮ ਨਹੀਂ ਆਉਣੀ, ਇਸ ਤੋਂ ਬਾਅਦ ਫੇਸਬੁੱਕ ਦੇ ਉੱਪਰ ਇੱਕ ਦੂਸਰੇ ਦੇ ਖਿਲਾਫ਼ ਕਮੈਂਟਸ ਆਉਣਗੇ, ਇੱਕ ਦੂਸਰੇ ਦੇ ਖਿਲਾਫ਼ ਪੋਸਟ ਪੈਣਗੀਆਂ, ਉਸ ਤੋਂ ਬਾਅਦ ਜਦੋਂ ਪੋਸਟ ਪੈਣਗੀਆਂ ਤਾਂ ਫਿਰ ਕੁਝ ਭੜਕਾਹਟ ਵਿੱਚ ਆ ਕੇ ਕੁਝ ਬੋਲਿਆ ਜਾਏਗਾ, ਫਿਰ ਇੱਕ ਦੂਜੇ ਨੂੰ ਟਾਈਮ ਵੱਧਣਗੇ, ਉਹਦਾ ਰਿਜ਼ਲਟ ਕੀ ਨਿਕਲੇਗਾ? ਸੋ ਇਹ ਵੀਰਾਂ ਨੇ ਪੀਸਫੁੱਲੀ ਤੌਰ ਦੇ ਉੱਪਰ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਵੀ ਸਰਕਾਰ ਤੱਕ ਜਾਵੇ ਵੀ ਇਹ ਜਿਹੜੀ ਫਿਲਮ ਹੈ ਇਹ 'ਤੇ ਕਿਸੇ ਵੀ ਤਰੀਕੇ ਰੋਕ ਲੱਗ ਜਾਵੇ, ਤਾਂ ਕਿ ਇਸ ਤਰੀਕੇ ਦੇ ਨਾਲ ਭਾਈਚਾਰਕ ਸਾਂਝ ਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਰਾਰ ਨਾ ਪਾ ਸਕੇ। ਪਰ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਹਾਂ। ਮੈਂ ਬੜਾ ਹੈਰਾਨ ਹੋਇਆ ਵੀ ਜਦੋਂ ਹੁਣ ਮੁੱਦਾ ਬਹੁਤ ਵੱਡੇ ਪੱਧਰ 'ਤੇ ਭੜਕਿਆ, ਇਹ ਇਕੱਲੀ ਇੱਕ ਜਥੇਬੰਦੀ ਨਹੀਂ ਹੈ, ਇਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ, ਇਸ ਤੋਂ ਬਿਨਾਂ ਅਕਾਲੀ ਦਲ ਦੇ ਵੀ ਬਿਆਨ ਆਏ, ਅਦਰ ਪਾਰਟੀ ਦੇ ਵੀ ਆਏ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਦਾ ਹੀ ਪੰਥ ਦੀ ਗੱਲ ਕਰਦੇ ਆਏ ਨੇ, ਦਿੱਲੀ ਕਮੇਟੀ ਦੇ ਬਿਆਨ ਵੀ ਆਏ ਨੇ। ਉਸ ਤੋਂ ਬਾਅਦ ਇੱਥੇ ਬਸ ਨਹੀਂ ਹੁੰਦੀ, BJP ਨੇ ਵੀ ਬਕਾਇਦਾ ਤਲਬ ਕੀਤਾ ਕੰਗਣਾ ਰਣੌਤ ਨੂੰ, ਹੁਣ ਉਹਦਾ ਇੱਕ ਬਿਆਨ ਆਇਆ ਬੜਾ ਮਿੱਠਾ ਜਿਹਾ, ਉਹਨੇ ਬਿਆਨ ਦਿੱਤਾ, ਮੈਂ ਤਾਂ ਖੁਦ ਕਿਸਾਨ ਦੀ ਧੀ ਹਾਂ, ਜੇ ਕਿਸਾਨ ਦੀ ਧੀ ਹੈ ਤਾਂ ਜਦੋਂ ਕਿਸਾਨ ਐਜੀਟੇਸ਼ਨ ਚੱਲਦੀ ਪਈ ਸੀ ਉਦੋਂ ਇਹਨਾਂ ਦੇ ਖਿਲਾਫ਼ ਬੋਲੀ ਹੈ, ਧੀਆਂ ਭੈਣਾਂ ਨੂੰ 300-300 ਰੁਪਈਆ ਦਿਹਾੜੀ ਦੇ ਉੱਪਰ ਬੋਲੀ ਹੈ, ਕਿ ਕਿਸਾਨ ਦੀ ਧੀ ਕਿਸਾਨੀ ਮੁੱਦੇ ਦੀ ਲੜਾਈ ਚੱਲਦੀ ਹੋਵੇ ਉਹਦੇ ਖਿਲਾਫ਼ ਬੋਲ ਸਕਦੀ ਹੈ ਕਦੀ? ਜੇ ਕਿਸਾਨ ਦੀ ਧੀ ਹੈ ਤਾਂ ਮੇਰਾ ਇੱਕ ਸਵਾਲ ਹੈ, ਅਸੀਂ ਇਹਦੇ ਮੂੰਹੋਂ ਕਦੀ ਕਿਸਾਨੀ ਦਾ ਮੁੱਦਾ ਨਹੀਂ ਸੁਣਿਆ, ਅਸੀਂ ਜਦੋਂ ਵੀ ਸੁਣਿਆ ਤਾਂ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਵੇਖੀ ਹੈ। ਫਿਰ ਇਸ ਤੋਂ ਵੀ ਆਪਾਂ ਥੋੜ੍ਹੀ ਜਿਹੀ ਅੱਗੇ ਆਉਂਦੇ ਹਾਂ, ਹੁਣ ਜੇ ਕਿਸਾਨੀ ਮੁੱਦੇ ਦੀ ਗੱਲ, ਲੋਕ ਸਭਾ ਮੈਂਬਰ ਚੁਣੀ ਗਈ ਹੈ, ਲੋਕ ਸਭਾ ਦੇ ਵਿੱਚ ਜਾ ਕੇ ਮੈਨੂੰ 1 ਪੁਆਇੰਟ ਦੱਸ ਦਿਓ ਜਿਹੜਾ ਕਿਸਾਨੀ ਦਾ ਮੁੱਦਾ ਚੱਕਿਆ ਹੋਵੇ। ਮੈਂ ਕਹਿੰਦਾ ਪੰਜਾਬ ਦਾ ਮੁੱਦਾ ਛੱਡ ਦਿਓ, ਹਿਮਾਚਲ ਦਾ ਕੋਈ ਮੁੱਦਾ ਚੱਕਿਆ ਹੋਵੇ, ਹਰਿਆਣੇ ਦਾ ਮੁੱਦਾ ਚੱਕਿਆ ਹੋਵੇ, ਮੁੱਦਾ ਇੱਕ ਨਹੀਂ ਚੱਕਣਾ, ਜਦੋਂ ਬਿਆਨ ਦੇਣਾ ਅੱਗ ਲਾਉਣ ਵਾਲਾ ਬਿਆਨ ਦੇਣਾ ਆ, ਅਤੇ ਜੇ ਇਹਦੇ ਬਿਆਨਾਂ ਦੇ ਨਾਲ ਭਾਈਚਾਰਕ ਸਾਂਝ ਵਿਗੜਦੀ ਹੈ ਤਾਂ ਇਹਦਾ ਫਿਰ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ, ਇਹਦੀ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ। ਬਿਲਕੁਲ, ਇਹ ਤਸਵੀਰਾਂ ਨੇ ਡਿਪਟੀ ਕਮਿਸ਼ਨਰ ਦੇ ਬਾਹਰ, ਇਹ ਤਸਵੀਰਾਂ ਨੇ, ਇਹ ਫਿਲਮ ਸਿੱਖਾਂ ਦੇ ਜ਼ਖਮਾਂ ਦੇ ਲਹੂ ਛਿੜਕਣ ਦਾ ਕੰਮ ਕਰੇਗੀ। ਇਹ ਤਸਵੀਰਾਂ ਨੇ ਭਾਈ ਭਿੰਡਰ ਸਿੰਘ ਵਾਲੇ ਜੀ ਇੱਥੇ ਇਸ ਫਿਲਮ ਦੇ ਵਿੱਚ ਜਿਹੜੀ ਕਿ ਤਸਵੀਰ ਲਾਈ ਗਈ ਹੈ, ਮੰਗ ਪੱਤਰ ਦੇਣ ਆਏ ਨੇ ਹੈ ਅਕਾਲੀ ਦਲ ਦੇ, ਤਸਵੀਰਾਂ ਨੇ ਹੈ, ਦੇਖ ਸਕਦੇ ਹੋ। ਬਿਲਕੁਲ, ਮਾਮਲਾ ਜਿਹੜਾ ਕਿ ਹੈ ਭਖਿਆ ਹੋਇਆ ਵਾ, ਕੰਗਣਾ ਰਣੌਤ ਦੇ ਖਿਲਾਫ਼ ਜਿਹੜਾ ਕਿ ਹੈ ਰੋਸ ਜਿਤਾਇਆ ਜਾ ਰਿਹਾ ਵਾ, ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਕਿ ਹੈ ਰੋਸ ਜਿਤਾਇਆ ਜਾ ਰਿਹਾ, ਨਿਹੰਗ ਜਥੇਬੰਦੀਆਂ ਦੇ ਵੱਲੋਂ ਵੀ ਜਿਹੜਾ ਕਿ ਹੈ ਰੋਸ ਜਿਤਾਇਆ ਜਾ ਰਿਹਾ। ਅੱਜ ਲੁਧਿਆਣਾ ਦੇ DC ਦਫ਼ਤਰ ਆਏ ਨੇ, ਡਿਪਟੀ ਕਮਿਸ਼ਨਰ ਦਫ਼ਤਰ ਆਏ ਨੇ ਮੰਗ ਪੱਤਰ ਦੇਣ 'ਤੇ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਬਣੇਗਾ। ਜੁੜਿਓ ਲੁਧਿਆਣਾ ਲਾਈਵ ਦੇ ਨਾਲ, ਹਨੀ ਦੇਣਾ ਯੂਮ ਰਿਪੋਰਟ, ਧੰਨਵਾਦ।